ਮਹਾਮਾਰੀ ਦੇ ਚੱਲਦਿਆਂ ਯੂਕੇ ਦੇ ਵਿੱਚ ਪੰਜਾਬੀ ਭਾਈਚਾਰੇ ਵੱਲੋਂ ਜਿਹੜੀਆਂ ਸ਼ਿੱਦਤ ਦੇ ਨਾਲ ਸੇਵਾਵਾਂ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਨੇ। ਇਹਨਾਂ ਸੇਵਾਵਾਂ ਦੇ ਵਿੱਚ ਹਰ ਵਿਅਕਤੀ ਵੱਲੋਂ ਆਪਣਾ ਯੋਗਦਾਨ ਪਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਹੈ ਅਤੇ ਯੋਗਦਾਨ ਪਾਇਆ ਵੀ ਜਾ ਰਿਹਾ। ਪਿੰਗਲਵਾੜਾ ਸੁਸਾਇਟੀ ਯੂਕੇ ਜੋ ਬੀਤੇ ਕਈ ਵਰ੍ਹਿਆਂ ਤੋਂ ਪਿੰਗਲਵਾੜਾ ਦੇ ਨਾਲ ਜੁੜੀ ਹੋਈ ਹੈ, ਪਿੰਗਲਵਾੜੇ ਦੀ ਜਿਹੜੀ ਆ ਉਹ ਦੇ ਲਈ ਜਿਹੜੀ ਆ ਉਹ ਸੇਵਾ ਕਰ ਰਹੀ ਹੈ ਅਤੇ ਉਸ ਵੱਲੋਂ ਬਰਤਾਨੀਆ ਦੀ ਸਿਹਤ ਸੰਸਥਾ NHS ਲਈ ਵੀ ਜਿਹੜੀਆਂ ਆਪਣਾ ਫਰਜ਼ ਅਦਾ ਕਰਨ ਦੀ ਜਿਹੜੀ ਆ ਉਹ ਕੋਸ਼ਿਸ਼ ਆਰੰਭੀ ਗਈ ਹੈ ਅਤੇ ਇਸ 'ਤੇ ਪ੍ਰਧਾਨ ਜਗਰਾਜ ਸਿੰਘ ਸਰਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਅਤੇ ਜਾਣਾਂਗੇ ਕਿ ਉਹ ਕੀ ਕਹਿਣਾ ਚਾਹੁੰਦੇ ਨੇ ਅਤੇ ਕੀ ਕਰ ਰਹੇ ਨੇ ਕਰੋਨਾ ਵਾਇਰਸ ਦੀ ਮਹਾਂਮਾਰੀ ਦੇ ਨਾਲ ਅੱਗੇ ਹੋ ਕੇ ਲੜਨ ਵਾਲੇ ਡਾਕਟਰਾਂ ਅਤੇ ਨਰਸਾਂ ਦੇ ਲਈ ਉਹ ਕਿਸ ਤਰ੍ਹਾਂ ਦੀਆਂ ਸੇਵਾਵਾਂ ਕਰਨ ਦੀ ਜਿਹੜੀ ਯੋਜਨਾ ਬਣਾ ਰਹੇ ਹਾਂ ਅਤੇ ਆਓ ਗੱਲ ਕਰਦੇ ਹਾਂ ਜਗਰਾਜ ਸਿੰਘ ਸਰਾਂ ਨਾਲ। ਸਰਾਜ ਸਾਹਿਬ, ਤੁਹਾਡਾ ਅਜੀਤ ਬੇਪਟੀ ਵੱਲੋਂ ਨਿੱਘਾ ਸਵਾਗਤ ਹੈ ਜੀ ਆਇਆਂ ਨੂੰ। ਇਸ ਮਹਾਂਮਾਰੀ ਦੇ ਸੰਬੰਧ ਵਿੱਚ ਤੁਸੀਂ ਕੀ ਕਹੋਗੇ ਕਿ ਜੋ ਕਹਿਰ ਜਿਹੜਾ ਵਿਸ਼ਵ ਭਰ ਦੇ ਵਿੱਚ ਟੁੱਟਿਆ ਹੋਇਆ, ਕਿਸ ਤਰ੍ਹਾਂ ਤੁਸੀਂ ਇਸ ਮਹਾਂਮਾਰੀ ਨੂੰ ਜਿਹੜਾ ਉਹ ਵੇਖ ਰਹੇ ਹੋ? ਮਨਪ੍ਰੀਤ ਜੀ, ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਅਤੇ ਤੁਹਾਡੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਜਿਵੇਂ ਕਿ ਤੁਸੀਂ ਪੁੱਛਿਆ ਹੈ ਕਿ ਮਹਾਂਮਾਰੀ ਜੋ ਸੰਸਾਰ ਵਿੱਚ ਜਿਹਦਾ ਕਹਿਰ ਛਾਇਆ ਹੋਇਆ ਹੈ, ਦੇਖੋ ਜੋ ਕੁਦਰਤ ਜਦੋਂ ਤੋਂ ਕੁਦਰਤ ਦੇ ਨਾਲ ਇਨਸਾਨ ਨੇ ਖਿਲਵਾੜ ਕਰਨਾ ਸ਼ੁਰੂ ਕੀਤਾ, ਕੁਦਰਤ ਨੇ ਵਾਰ ਵਾਰ ਕਦੇ ਸੁਨਾਮੀ, ਕਦੇ ਭੂਚਾਲ, ਕਦੇ ਹੜ੍ਹ ਵਰਗੀਆਂ ਮਲਾਮਤਾਂ, ਇੱਕ ਵਾਰਨਿੰਗ ਸਾਨੂੰ ਕੁਦਰਤ ਨੇ ਦਿੱਤੀ, ਲੇਕਿਨ ਇਨਸਾਨ ਉਹਨਾਂ ਨੂੰ ਸਮਝਿਆ ਨਹੀਂ। ਇਨਸਾਨ ਨੇ ਉਹੀ ਆਪਣੀ ਅਮੀਰੀ ਦੇ ਚੱਕਰ ਵਿੱਚ, ਲਾਲਚ ਦੇ ਵਿੱਚ ਚੱਕਰ ਵਿੱਚ ਉਹਨਾਂ ਨੇ ਆਪਣੀ ਉਹੀ ਕੁਦਰਤ ਦੇ ਨਾਲ ਖੇਡਣਾ ਜਾਰੀ ਰੱਖਿਆ ਅਤੇ ਆਹ ਜਿਹੜੀ ਮਹਾਂਮਾਰੀ ਆਈ ਹੈ ਇਹ ਵੀ ਇੱਕ ਇਨਸਾਨ ਦੀ ਕ੍ਰੀਏਟ ਕੀਤੀ ਹੋਈ ਵਾਇਰਸ ਹੈ। ਕਦ ਕਿੱਥੇ ਸਰਕਾਰਾਂ ਹਥਿਆਰ ਬਣਾਉਂਦੀਆਂ ਤਬਾਹੀ ਵਾਸਤੇ, ਮਨੁੱਖਤਾ ਦੀ ਵਾਸਤੇ, ਲੇਕਿਨ ਇਹ ਵਾਇਰਸ ਵੀ ਦੱਸਿਆ ਜਾ ਰਿਹਾ ਹੈ ਕਿ ਇਹ ਵੀ ਮੈਨ ਮੇਡ ਹੈ। ਸੋ ਇਹ ਆਈ ਹੈ, ਕੁਦਰਤ ਦਾ ਇਹਨੂੰ ਖੇਡ ਸਮਝ ਲਓ, ਵਾਹਿਗੁਰੂ ਦੀ ਕਰੋਪੀ ਸਮਝ ਲਓ, ਲੇਕਿਨ ਕਦੇ ਵਾਹਿਗੁਰੂ ਜਿਹਨੂੰ ਆਪਾਂ ਮਾਤਾ, ਤੂੰ ਹੀ ਮੇਰਾ ਮਾਤਾ, ਤੂੰ ਹੀ ਮੇਰੇ ਪਿਤਾ ਕਹਿੰਦੇ ਹਾਂ, ਅਤੇ ਕਦੇ ਮਾਂ ਪਿਓ ਆਪਣੇ ਬੱਚਿਆਂ ਨੂੰ ਮਾਰਦਾ ਨਹੀਂ। ਇਹ ਸਿਰਫ ਅਤੇ ਸਿਰਫ ਇਨਸਾਨ ਦੀਆਂ ਗਲਤੀਆਂ ਦਾ ਨਤੀਜਾ ਹੈ। ਇਹ ਆਈ ਹੈ ਅਤੇ ਇਹ ਦੇ ਕਾਰਨ ਜੇ ਅਸੀਂ ਲੱਭੀਏ ਤਾਂ ਇਹਦਾ ਕਾਰਨ ਸਿਰਫ ਮਨੁੱਖਤਾ, ਜੋ ਮਨੁੱਖ ਨੇ ਕੁਦਰਤ ਦੇ ਨਾਲ, ਪਵਨ ਗੁਰੂ ਪਾਣੀ ਪਿਤਾ ਮਾਤਾ ਦੇ ਨਾਲ, ਧਰਤ ਦੇ ਨਾਲ ਜੋ ਉਹਨਾਂ ਨੇ ਬੇਇਨਸਾਫੀ ਕੀਤੀ ਹੈ ਉਸਦਾ ਹੀ ਨਤੀਜਾ ਹੈ। ਬਿਲਕੁਲ, ਤੁਸੀਂ ਵਾਤਾਵਰਨ ਦੀ ਗੱਲ ਕੀਤੀ ਹੈ। ਭਗਤ ਪੂਰਨ ਸਿੰਘ ਜਿਨ੍ਹਾਂ ਨੇ ਸਾਰੀ ਉਮਰ ਮਨੁੱਖਤਾ ਦੀ ਸੇਵਾ ਕੀਤੀ ਅਤੇ ਉਹਨਾਂ ਨੇ ਵੀ ਕੁਦਰਤ ਨੂੰ ਪਿਆਰ ਕਰਨ ਦੇ ਲਈ ਜਿਹੜਾ ਉਹ ਸੰਦੇਸ਼ ਦਿੱਤਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵਾਰ ਵਾਰ ਜਿਹੜਾ ਉਹ ਕੁਦਰਤ ਦੇ ਸੋਮਿਆਂ ਨੂੰ ਅਤੇ ਕੁਦਰਤ ਨੂੰ ਪਿਆਰ ਕਰਨ ਦੀ ਜਿਹੜੀ ਗੱਲ ਕਰਦੇ ਅਤੇ ਕੁਦਰਤੀ ਜਿਹੜੀ ਵਾਤਾਵਰਨ ਉਹਦੀ ਸਾਂਭ ਸੰਭਾਲ ਦੀ ਜਿਹੜੀ ਆ ਉਹ ਗੱਲ ਕੀਤੀ ਜਾਂਦੀ ਹੈ ਅਤੇ ਭਗਤ ਪੂਰਨ ਸਿੰਘ ਦੇ ਸੰਦੇਸ਼ਾਂ ਨੂੰ ਤੁਸੀਂ ਕਿਸ ਤਰ੍ਹਾਂ ਰਿਲੇਟ ਕਰੋਗੇ ਅੱਜ ਦੇ ਮਹਾਂਮਾਰੀ ਦੇ ਸੰਕਟ ਤੋਂ ਬਚਣ ਦੇ ਲਈ? ਮਨਪ੍ਰੀਤ ਜੀ, ਜਿਵੇਂ ਤੁਸੀਂ ਪੁੱਛਿਆ ਹੈ ਕਿ ਭਗਤ ਪੂਰਨ ਸਿੰਘ ਇਨਵਾਇਰਮੈਂਟ ਵਾਸਤੇ ਉਹਨਾਂ ਦੇ ਕੀ ਉਪਦੇਸ਼ ਸਨ, ਦੇਖੋ ਭਗਤ ਪੂਰਨ ਸਿੰਘ ਉਹਨਾਂ ਨੇ ਹਮੇਸ਼ਾ ਹੀ ਜਦੋਂ ਕਿ ਉਹ ਰਸਤੇ ਵਿੱਚੋਂ ਉਹ ਮੇਖਾਂ ਚੱਕਦੇ ਸਨ, ਕੰਡੇ ਚੱਕਦੇ ਸਨ, ਉਹ ਤੁਰੇ ਜਾਂਦੇ ਰਾਈਆਂ ਨੂੰ ਪਾਣੀ ਪਿਲਾਉਂਦੇ ਸਨ, ਉਹਨਾਂ ਦੇ ਜੋ ਸੰਸਾਰ ਵਿੱਚ ਦਇਆ, ਸਹਾਇਤਾ, ਮਦਦ ਇਹ ਚੀਜ਼ਾਂ ਬਿਲਕੁਲ ਖਤਮ ਹੋ ਚੁੱਕੀਆਂ ਹਨ। ਅਤੇ ਜੇ ਜਿਵੇਂ ਕਿ ਭਗਤ ਜੀ ਉਹਨਾਂ ਦੀ ਜ਼ਿੰਦਗੀ ਹੀ ਇਸ ਸ਼ਬਦ 'ਤੇ ਅਟਕੀ ਹੋਈ ਸੀ, ਬਹੁਤ ਜਨਮ ਬਿਛਰੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ, ਜੇ ਸਾਰਾ ਸੰਸਾਰ
ਇਹ ਸਮਝੇ ਕਿ ਕੁਦਰਤ ਬ੍ਰਹਿਮੰਡ ਨੇ ਦੁਨੀਆ ਦੀ ਹਰ ਇੱਕ ਚੀਜ਼ ਇੱਕ ਦੂਜੇ ਦੇ ਮਦਦ ਵਾਸਤੇ ਬਣਾਈ ਹੈ। ਪੰਛੀਆਂ ਤੋਂ ਲੈ ਕੇ ਨਿੱਕੇ ਨਿੱਕੇ ਕੀਟਾਣੂਆਂ ਤੋਂ ਲੈ ਕੇ ਹਰ ਇੱਕ ਚੀਜ਼ ਇੱਕ ਦੂਸਰੇ ਦੇ ਫਾਇਦੇ ਵਾਸਤੇ ਬਣਾਈ ਹੈ, ਲੇਕਿਨ ਇਨਸਾਨ ਨੇ ਜੋ ਕੁਛ ਸੋਚਿਆ ਜੋ ਕੁਛ ਸਮਝਿਆ ਸਿਰਫ ਆਪਣੇ ਵਾਸਤੇ। ਅਤੇ ਇਹ ਜੋ ਜਿਵੇਂ ਭਗਤ ਜੀ ਸਾਦਾ ਖਾਣਾ ਸਾਦਾ ਪਹਿਨਣਾ ਸਾਦਾ ਮਿੱਠਾ ਬੋਲਣਾ ਹਮਦਰਦੀ ਉਹ ਸਾਰੀਆਂ ਚੀਜ਼ਾਂ ਇਸ ਸੰਸਾਰ ਵਿੱਚੋਂ ਖਤਮ ਹੋ ਚੁੱਕੀਆਂ ਅਤੇ ਜੋ ਇਹ ਵਾਤਾਵਰਨ ਉਹਨਾਂ ਨੇ ਪ੍ਰਿੰਟਿੰਗ ਪ੍ਰੈਸ ਉਹਨਾਂ ਨੇ ਫਿਰ ਜੋ ਉਹ ਕੋਈ ਸਾਈਕਲ 'ਤੇ ਆਉਂਦਾ ਸੀ ਉਹਨੂੰ ਉਹ ਚੰਗਾ ਸਮਝਦੇ ਸੀ ਤਾਂ ਕਿ ਸਾਡਾ ਜਿਹੜਾ ਐਟਮੋਸਫੀਅਰ ਹੈ ਉਹ ਪਲੂਟ ਨਾ ਹੋਵੇ। ਜੇ ਇਹ ਚੀਜ਼ਾਂ ਭਗਤ ਪੂਰਨ ਸਿੰਘ ਦੇ ਰਸਤਿਆਂ 'ਤੇ ਅਸੀਂ ਚੱਲਦੇ ਅਤੇ ਜਿਵੇਂ ਕਿ ਅੱਜ ਕੱਲ੍ਹ ਰੌਲਾ ਪੈ ਰਿਹਾ ਹੈ ਕਿ ਇਮਿਊਨਿਟੀ ਜਿਹੜੀ ਹੈ ਉਹਨੂੰ ਵਧਾਓ, ਵਿਟਾਮਿਨ ਸੀ ਖਾਓ, ਉਹ ਵਿਟਾਮਿਨ ਖਾਓ, ਇਹ ਤਾਂ ਹੀ ਸਾਨੂੰ ਖਾਣੇ ਪੈ ਰਹੇ ਹਨ ਕਿ ਸਾਨੂੰ ਕੁਦਰਤੀ ਚੀਜ਼ਾਂ ਦੇ ਵਿੱਚੋਂ ਇਹ ਚੀਜ਼ਾਂ ਨਹੀਂ ਮਿਲ ਰਹੀਆਂ। ਅਤੇ ਇਸ ਕਰਕੇ ਇਹ ਜੋ ਰਿਲੇਸ਼ਨ ਜੋ ਅੱਜ ਜੇ ਮਹਾਂਮਾਰੀ ਹੈ ਅਤੇ ਭਗਤ ਜੀ ਦੇ ਜੋ ਉਹ ਸਾਨੂੰ ਪੂਰਨੇ ਪਾਏ ਸੀ ਉਹਨਾਂ ਤੋਂ ਅਸੀਂ ਉੱਖੜ ਗਏ, ਉਹਨਾਂ 'ਤੇ ਅਸੀਂ ਅਮਲ ਨਹੀਂ ਕੀਤਾ। ਭਗਤ ਜੀ ਨੇ ਹਮੇਸ਼ਾ ਗੁਰਬਾਣੀ 'ਤੇ ਅਮਲ ਕੀਤਾ, ਗੁਰੂ ਨਾਨਕ ਦੇ ਉਹੀ ਸਾਂਝੀ ਵਾਲਤਾ ਉਹੀ ਸੱਜੇ ਸੱਚਾ ਸੌਦੇ 'ਤੇ ਉਹ ਚੱਲੇ, ਲੇਕਿਨ ਉਹ ਪ੍ਰਚਾਰ ਕੀਤਾ ਉਹਨਾਂ ਨੇ, ਲੇਕਿਨ ਅਸੀਂ ਨਹੀਂ ਸੁਣਿਆ। ਇਸੇ ਕਰਕੇ ਹੀ ਅਸੀਂ ਜੋ ਇਹ ਮਲਾਮਤਾਂ ਆ ਰਹੀਆਂ ਉਹਨਾਂ ਨੂੰ ਅਸੀਂ ਭੁਗਤ ਰਹੇ ਹਾਂ। ਵਾਹਿਗੁਰੂ ਸਾਰੇ ਸੰਸਾਰ ਵਿੱਚ ਇਹ ਇੱਕ ਜਜ਼ਬਾ ਕਾਇਮ ਕਰੇ ਕਿ ਅਸੀਂ ਬੈਕ ਟੂ ਨੋਰਮਲ, ਉਹ ਜੋ ਸਾਡੇ ਭਗਤਾਂ ਨੇ ਉਹ ਸਾਡੇ ਗੁਰੂਆਂ ਨੇ ਜੋ ਸਾਨੂੰ ਸਿੱਖਿਆ ਦਿੱਤੀ ਸੀ ਅਸੀਂ ਉਹਨਾਂ 'ਤੇ ਚੱਲ ਕੇ ਇੱਕ ਵਾਰੀ ਫਿਰ ਮੁੱਢ ਤੋਂ ਉਹੀ ਜੋ ਸਾਡਾ ਸਤਯੁਗ ਵਾਲਾ ਸੰਸਾਰ ਸੀ ਉਹ ਫਿਰ ਇੱਕ ਵਾਰੀ ਵਸਾ ਸਕੀਏ। ਤੁਹਾਡੇ ਵੱਲੋਂ ਜੋ NHS ਲਈ ਹੈ, ਡਾਕਟਰਾਂ ਅਤੇ ਨਰਸਾਂ ਜੋ ਇਸ ਵਕਤ ਜਿਹੜੇ ਕੰਮ ਕਰ ਰਹੇ ਨੇ, ਅੱਗੇ ਹੋ ਕੇ ਲੜ ਰਹੇ ਨੇ, ਆਪਣੀ ਜਾਨ ਤਲੀ 'ਤੇ ਤਰ ਕੇ ਦੂਜਿਆਂ ਦੀਆਂ ਜਾਨਾਂ ਬਚਾਉਣ ਲੱਗੇ ਹੋਏ ਨੇ, ਉਹਨਾਂ ਦੇ ਲਈ ਜੋ ਤੁਸੀਂ ਸੇਵਾਵਾਂ ਆਰੰਭ ਕੀਤੀਆਂ ਨੇ, NHS ਦੀ ਮਦਦ ਦੇ ਲਈ ਜੋ ਸੇਵਾਵਾਂ ਆਰੰਭ ਕੀਤੀਆਂ ਨੇ, ਸਾਨੂੰ ਉਸ ਦੇ ਸੰਬੰਧ ਵਿੱਚ ਵੀ ਜਿਹੜੀ ਆ ਉਹ ਜਾਣਕਾਰੀ ਦਿਓ। ਜਿਵੇਂ ਕਿ ਤੁਸੀਂ ਸੇਵਾਵਾਂ ਦੀ ਗੱਲ ਕੀਤੀ ਹੈ, ਮੈਂ ਇਹ ਸੇਵਾ ਨੂੰ ਭਗਤ ਪੂਰਨ ਸਿੰਘ ਨੇ ਜਦੋਂ ਉਹ ਪਿੰਗਲੇ ਬੱਚੇ ਨੂੰ ਚੱਕਿਆ ਸੀ ਉਹਦੇ ਨਾਲ ਰਿਲੇਟ ਕਰਾਂਗਾ। ਸੇਵਾ ਸੇਵਕ ਕਿਉਂ ਸੇਵਾ ਬਣ ਆਈ, ਹੁਕਮ ਬੂਝ ਪਰਮ ਪਦ ਪਾਈ। ਉਸ ਟਾਈਮ ਹਾਲਾਂਕਿ ਉਹ ਅਪਾਹਜ ਬੱਚਾ ਪਿੰਗਲਾ ਬੱਚਾ ਜਿਸ ਨੂੰ ਕਿ ਗੁਰਦੁਆਰੇ ਦੀ ਕਮੇਟੀ ਨੇ ਵੀ ਸੰਭਣ ਤੋਂ ਇਨਕਾਰ ਕਰ ਦਿੱਤਾ ਅਤੇ ਉਹਨੂੰ ਵੀ ਭਗਤ ਜੀ ਨੇ ਸੇਵਾ ਸਮਝਿਆ। ਅਸੀਂ ਇਹ ਭਗਤ ਜੀ ਦੇ ਪੂਰਨਿਆਂ 'ਤੇ ਪਾਏ ਹੋਏ ਜੋ ਉਹਨਾਂ ਨੇ ਸਾਨੂੰ ਪੂਰਨੇ ਪਾਏ ਹਨ ਉਹਨਾਂ 'ਤੇ ਚੱਲਦੇ ਹੋਇਆਂ ਨੇ ਇਹ ਚੈਰਿਟੀ ਰਜਿਸਟਰ ਕੀਤੀ ਹੈ। ਅਤੇ ਅਸੀਂ ਸਮਝਦੇ ਹਾਂ ਕਿ ਆਹ ਜੋ ਮਹਾਂਮਾਰੀ ਹੈ ਇਹਦੇ ਵਿੱਚ ਅਸੀਂ ਵੀ ਯੋਗਦਾਨ ਪਾਈਏ, ਯੋਗਦਾਨ ਐਸਾ ਪਾਈਏ ਕਿ ਜੋ ਸਾਡੇ ਕੌਮ ਦੇ ਹੀਰੇ ਉਹ ਆਪਣੀਆਂ ਜਾਨਾਂ ਕੁਰਬਾਨ ਕਰ NHS ਦੇ ਡਾਕਟਰ ਨਰਸਾਂ ਸਾਰਾ ਸਟਾਫ ਉਹ ਸਾਡੀਆਂ ਆਪਣੀਆਂ ਜਾਨਾਂ 'ਤੇ ਖੇਲ ਕਰ ਸਾਡੀਆਂ ਜਾਨਾਂ ਬਚਾ ਰਹੇ ਹਨ। ਅਤੇ ਇਹ ਕੁਦਰਤ ਹਮੇਸ਼ਾ ਮੌਕਾ ਦਿੰਦੀ ਹੈ ਇੱਕ ਸੇਵਾ ਕਰਨ ਦਾ, ਅਤੇ ਅਸੀਂ ਸਮਝਿਆ ਕਿ ਇਸ ਸੇਵਾ ਦੇ ਵਿੱਚ ਵੀ ਹਿੱਸਾ ਪਾਈਏ। ਅਸੀਂ ਇੱਕ ਚੈਰਿਟੀ ਵਾਕ ਕਰ ਰਹੇ ਹਾਂ ਜੋ ਕਿ 1000 ਮੀਲ ਅਸੀਂ ਚੱਲਣਾ ਹੈ ਅਤੇ ਉਹ 25,000 ਪਾਉਂਡ ਅਸੀਂ NHS ਨੂੰ 4 ਤਰੀਕ ਭਗਤ ਪੂਰਨ ਸਿੰਘ ਦੇ ਜਨਮ ਦਿਨ 'ਤੇ ਭੇਂਟ ਕਰਨਾ ਹੈ। ਅਤੇ ਇਹਦੇ 'ਚ ਅਸੀਂ ਸਮਝਦੇ ਹਾਂ, ਵਡਭਾਗੀ ਸਮਝਦੇ ਹਾਂ, ਸੰਗਤ ਵਡਭਾਗੀ ਹੈ ਜੋ ਸਾਨੂੰ ਸਾਡੇ ਨਾਲ ਸਾਥ ਦੇ ਰਹੀ ਹੈ। ਅਤੇ ਇਸ ਕਰਕੇ ਅਸੀਂ ਇਹ ਜੋ ਸਾਡੇ ਸਟਾਫ ਸਾਡਾ NHS ਉਹਨਾਂ ਵਾਸਤੇ ਉਹਨਾਂ ਨੂੰ ਇੱਕ ਰੈਕਗਨੇਸ਼ਨ ਹੈ, ਕਿਉਂਕਿ ਜੇ 25,000 ਪਾਉਂਡ ਕੁਛ ਵੀ ਨਹੀਂ ਲੇਕਿਨ ਇਹ ਰੈਕਗਨੇਸ਼ਨ ਹੈ ਤਾਂ ਕਿ ਉਹਨਾਂ ਦੀਆਂ ਸੇਵਾਵਾਂ ਨੂੰ ਅਸੀਂ ਦੱਸ ਸਕੀਏ, ਗੌਰਮੈਂਟਾਂ ਨੂੰ ਵੀ ਦੱਸ ਸਕੀਏ ਕਿ ਇਹੋ ਜਿਹੇ ਡਿਪਾਰਟਮੈਂਟ ਕਦੇ ਅੰਡਰ ਫੰਡਡ ਨਾ ਹੋਣ। ਆਖਿਰ ਦੇ ਵਿੱਚ ਕੁਝ ਹੋਰ ਕਹਿਣਾ ਚਾਹੁੰਦੇ ਹੋ?
ਤੇ ਆਖਰ ਵਿੱਚ ਮੈਂ ਵਾਹਿਗੁਰੂ ਅੱਗੇ ਇਹੀ ਅਰਦਾਸ ਕਰਾਂਗਾ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਤਾਰ। ਵਾਹਿਗੁਰੂ, ਜੋ ਇਹ ਮਹਾਂਵਾਰੀ ਸੰਸਾਰ 'ਤੇ ਆਈ ਹੈ, ਇਸ ਨੂੰ ਜਲਦੀ ਤੋਂ ਜਲਦੀ ਖਤਮ ਕਰੋ ਤਾਂ ਕਿ ਸੰਸਾਰ ਫਿਰ ਇੱਕ ਵਾਰ ਇਸ ਜੋ ਮਲਾਮਤ ਹੈ ਉਹ ਤੋਂ ਛੁਟਕਾਰਾ ਪਾ ਸਕੇ। ਅਤੇ ਨਾਲ ਦੀ ਨਾਲ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਹਾਂ ਕਿ ਤੁਸੀਂ ਮੈਨੂੰ ਇਨਵਾਈਟ ਕੀਤਾ। ਇੱਕ ਵਾਰੀ ਫਿਰ ਬਹੁਤ ਬਹੁਤ ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਸਰਾਂ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਅਜੀਤ ਵੈਬ ਟੀ ਵੀ ਲਈ ਜਿਹੜਾ ਆਪਣਾ ਸਮਾਂ ਦਿੱਤਾ। ਦੋਸਤੋ, ਇਹ ਸਨ ਸਰਦਾਰ ਜਗਰਾਜ ਸਿੰਘ ਸਰਾਂ, ਪ੍ਰਧਾਨ ਪਿੰਗਲਵਾੜਾ ਸੁਸਾਇਟੀ, ਜੋ ਕਿ ਜਿਨ੍ਹਾਂ ਨੇ ਕੋਰੋਨਾ ਵਾਇਰਸ ਦੇ ਸੰਬੰਧ ਵਿੱਚ ਜਿਹੜੇ ਆਪਣੇ ਵਿਚਾਰ ਰੱਖੇ। ਹੁਣ ਦਿਓ ਮਨਪ੍ਰੀਤ ਸਿੰਘ ਬਦਨੀ ਕਲਾਂ ਨੂੰ ਇਜਾਜ਼ਤ, ਅਤੇ ਤੁਸੀਂ ਵੇਖਦੇ ਰਹੋ ਅਜੀਤ ਵੈਬ ਟੀ ਵੀ। ਦੇਸ਼ ਦੁਨੀਆ 'ਤੇ ਕੋਰੋਨਾ ਮਹਾਂਮਾਰੀ ਦਾ ਅਸਰ, ਇਹ ਜ਼ਰੂਰੀ ਹੈ ਕਿ ਤੁਹਾਨੂੰ ਮਿਲੇ ਸਹੀ ਜਾਣਕਾਰੀ ਅਤੇ ਪਤਾ ਹੋਵੇ ਸੱਚੀ ਖਬਰ। ਅਜੀਤ ਵੈਬ ਟੀਵੀ ਦੇ ਸੈਂਕੜੇ ਪੱਤਰਕਾਰਾਂ ਦੀ ਹੈ ਹਰ ਪਲ, ਹਰ ਜਗ੍ਹਾ ਤੇ ਹਰ ਸਥਿਤੀ ਤੇ ਪੈਣੀ ਨਜ਼ਰ। ਪਿੰਡ, ਕਸਬਾ, ਸ਼ਹਿਰ ਹੋਵੇ ਜਾਂ ਦੇਸ਼ ਵਿਦੇਸ਼, ਅਸੀਂ ਜੁੜੇ ਹਾਂ ਤੁਹਾਡੇ ਨਾਲ ਅਖਬਾਰਾਂ ਤੇ ਸੋਸ਼ਲ ਮੀਡੀਆ ਰਾਹੀਂ। ਕਲਮ ਦੀ ਤਾਕਤ ਤੇ ਵੈਬ ਟੀਵੀ ਦੇ ਮਾਧਿਅਮ ਦੇ ਨਾਲ ਹਰ ਜਨ ਤੱਕ ਪਹੁੰਚਾਵਾਂਗੇ ਹਰ ਮਨ ਦੀ ਆਵਾਜ਼, ਹਰ ਆਮੋ ਖਾਸ ਤੇ ਹਕੂਮਤ ਨੂੰ ਵੀ ਕਰਾਂਗੇ ਸਵਾਲ ਜਵਾਬ। ਆਪ ਨਹੀਂ ਤਾਂ ਪਹੁੰਚੇਗੀ ਸਾਡੀ ਵੀਡੀਓ ਕਾਲ। ਅਫਵਾਹਾਂ ਤੋਂ ਬਚੋ ਅਤੇ ਸੱਚੀਆਂ ਤੇ ਸਹੀ ਖਬਰਾਂ ਦੇ ਲਈ ਜੁੜੇ ਰਹੋ ਅਜੀਤ ਵੈਬ ਟੀਵੀ ਦੇ ਨਾਲ।